ਇਸੇ ਕਰਕੇ ਪਹਿਲੀ ਜਿਹੜੀ ਗੱਲ ਸਾਨੂੰ ਸਿੱਖਣ ਨੂੰ ਮਿਲਦੀ ਆ ਧਿਆਨ ਅਸੀਂ ਪਰਮੇਸ਼ਵਰ ਦੇ ਵਚਨ ਦੀ ਤਰਫ ਲਗਾ ਕੇ ਰੱਖਣਾ। ਪਹਿਲੀ ਗੱਲ ਜਿਹੜੀ ਸਾਨੂੰ ਸਿੱਖਣ ਨੂੰ ਮਿਲਦੀ ਆ ਕਿ ਸਾਡੀਆਂ ਬਹੁਤ ਸਾਰੀਆਂ ਪ੍ਰਾਰਥਨਾ ਦਾ ਉੱਤਰ ਪਰਮੇਸ਼ਵਰ ਆਪਣੇ ਦਾਸ ਦੇ ਦੁਆਰਾ ਦਿੰਦਾ ਆ। ਇਹ ਪਰਮੇਸ਼ਵਰ ਦੇ ਦਾਸ ਦੀ ਭੂਮਿਕਾ ਹੈ ਸਾਡੇ ਜੀਵਨ ਦੇ ਵਿੱਚ। ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਉਲਝਣਾਂ ਜਿਨ੍ਹਾਂ ਦਾ ਸਾਡੇ ਕੋਲ ਜਵਾਬ ਨਹੀਂ ਹੁੰਦਾ, ਅਸੀਂ ਪ੍ਰਭੂ ਦੇ ਘਰ ਦੇ ਵਿੱਚ ਆ ਕੇ ਬਹਿ ਜਾਂਦੇ, ਮੁਸ਼ਕਲ ਦੇ ਵਿੱਚ ਹੁੰਦੇ ਹਾਂ, ਪਰੇਸ਼ਾਨੀ ਦੇ ਵਿੱਚ ਹੁੰਦੇ ਹਾਂ, ਸਲਾਹ ਦੀ ਜ਼ਰੂਰਤ ਹੁੰਦੀ ਆ, ਲੇਕਿਨ ਉਸੇ ਸਮੇਂ ਕੋਈ ਏਦਾਂ ਦਾ ਵਚਨ ਬੋਲਿਆ ਜਾਂਦਾ ਆ ਜਿਹਦੇ ਦੁਆਰਾ ਪਰਮੇਸ਼ਵਰ ਸਾਡੀ ਅਗਵਾਈ ਕਰਦਾ ਹੈ। ਪਰਮੇਸ਼ਵਰ ਦਾ ਦਾਸ ਕੀ ਕਰਦਾ ਆ, ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਆਵਾਜ਼ ਨੂੰ ਲੈ ਕੇ ਆਉਂਦਾ, ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸਲਾਹ ਨੂੰ ਲੈ ਕੇ ਆਉਂਦਾ ਹੈ। ਔਰ ਦੂਸਰੀ ਗੱਲ, ਪਰਮੇਸ਼ਵਰ ਨੇ ਆਪਣੇ ਦਾਸ ਨੂੰ ਇਸ ਕਰਕੇ ਕਲੀਸਿਯਾ ਦੇ ਵਿੱਚ ਖੜਾ ਕੀਤਾ, ਇਸ ਕਰਕੇ ਉਹਨੂੰ ਮਾਸਾ ਕੀਤਾ ਆ ਕਿ ਅਸੀਂ ਉਹਦੇ ਦੁਆਰਾ ਬਰਕਤ ਨੂੰ ਲਈਏ। ਸਾਰਿਆਂ ਦੇ ਧਿਆਨ ਕਰਨਾ, ਇੱਕ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਇਸ ਕਰਕੇ ਕਲੀਸਿਯਾ ਦੇ ਵਿੱਚ ਖੜਾ ਕੀਤਾ ਆ ਕਿ ਅਸੀਂ ਉਹਦੇ ਦੁਆਰਾ ਕੀ ਪਾ ਸਕੀਏ, ਬਰਕਤ ਪਾ ਸਕੀਏ। ਲੇਕਿਨ ਅਸੀਂ ਗੌਰ ਕਰਨੀ ਆ ਕਿ ਮੈਂ ਪਰਮੇਸ਼ਵਰ ਦੇ ਦਾਸ ਦੇ ਦੁਆਰਾ ਬਰਕਤ ਨੂੰ ਲੈ ਰਿਹਾ ਆ ਜਾਂ ਸਲਾਹ ਨੂੰ ਲੈ ਰਿਹਾ ਆ। ਬਰਕਤ ਸ਼ਬਦ ਬਹੁਤ ਚੰਗਾ ਲੱਗਦਾ ਸੁਣਨ ਨੂੰ, ਲੇਕਿਨ ਸ਼ਰਾਬ ਤੋਂ ਸਾਰੇ ਨਫ਼ਰਤ ਕਰਦੇ ਆ। ਲੇਕਿਨ ਅੱਜ ਦੀਆਂ ਕ੍ਰਿਸਤੀਆਂ ਮਨ ਵਿੱਚ ਹੁੰਦਾ ਪਿਆਰ ਆ। ਜਦੋਂ ਅਸੀਂ ਬਾਈਬਲ ਵਿੱਚ ਪੜ੍ਹਦੇ ਆ ਕਿ ਬਾਈਬਲ ਦੇ ਸਾਥ ਬਹੁਤ ਕੁਝ ਸਿੱਖਣ ਦੇ ਲਈ ਮਿਲਦਾ ਆ। ਹੰਨਾ ਦੇ ਬਾਰੇ ਕਿੰਨੇ ਲੋਕ ਜਾਣਦੇ, ਜਿੰਨਾ ਤੁਸੀਂ ਰਿਸਪੋਂਸ ਦੋਗੇ ਉਹਨੀ ਜਲਦੀ ਅਸੀਂ ਖਤਮ ਕਰਾਂਗੇ। ਕਿੰਨੇ ਲੋਕ ਹੰਨਾ ਦੇ ਬਾਰੇ ਜਾਣਦੇ ਆ, ਜਿਹੜੇ ਜਾਣਦੇ ਆ ਵੀ ਹੱਥ ਖੜਾ ਕੀਤਾ, ਉਹ ਵੀ ਹੱਥ ਖੜਾ ਕਰੋ। ਹਾਲੇਲੂਯਾ। ਬਾਈਬਲ ਦੱਸਦੀ ਆ ਕਿ ਹੰਨਾ ਬੇਖਲਾਫ ਸੀ, ਉਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਸੀਗਾ। ਉਹ ਹਰ ਸਾਲ ਆਪਣੇ ਪਤੀ ਦੇ ਨਾਲ, ਆਪਣੀ ਸੌਂਕਣ ਦੇ ਨਾਲ ਪ੍ਰਭੂ ਦੇ ਘਰ ਦੇ ਵਿੱਚ ਜਾਂਦੀ ਸੀਗੀ ਭੇਡ ਚਰਾਉਣ ਦੇ ਲਈ। ਲੇਕਿਨ ਜਦੋਂ ਉਹ ਇਸ ਵਾਰ ਪ੍ਰਭੂ ਦੇ ਘਰ ਦੇ ਵਿੱਚ ਗਈ, ਉਹ ਬੜੀ ਪਰੇਸ਼ਾਨ ਸੀ। ਉਹਦੀ ਸੌਂਕਣ ਉਹਨੂੰ ਤਾਨੇ ਮਾਰਦੀ ਸੀ, ਤੂੰ ਬੇਲਾ ਲਿਆ, ਤੂੰ ਬਾਂਹ ਲਿਆ। ਔਰ ਬਾਈਬਲ ਦੱਸਦੀ ਆ ਕਿ ਇਸ ਵਾਰ ਜਦੋਂ ਹੰਨਾ ਪ੍ਰਭੂ ਦੇ ਘਰ ਦੇ ਵਿੱਚ ਗਈ, ਉਹਨੇ ਆਪਣਾ ਦੇਹ ਖੋਲ ਕੇ ਪਰਮੇਸ਼ਵਰ ਦੇ ਅੱਗੇ ਰੱਖ ਦਿੱਤਾ। ਉਹਨੇ ਆਪਣਾ ਇੰਨੇ ਲੰਬੇ ਸਾਲਾਂ ਦਾ ਜਿਹੜਾ ਜ਼ਿਕਰ ਸੀਗਾ ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਆ ਕੇ ਜਦੋਂ ਕੀਤਾ, ਬਾਈਬਲ ਦੱਸਦੀ ਆ ਕਿ ਉਹਦੇ ਸਿਰਫ ਬੁੱਧ ਹਿਲਦੇ ਪਏ ਸੀਗੇ, ਉਹ ਅੱਖਾਂ ਦੇ ਵਿੱਚੋਂ ਹੱਥੀ ਵਗਦੇ ਪਏ ਸੀਗੇ। ਔਰ ਜਦੋਂ ਉਸ ਜਗ੍ਹਾ ਦੇ ਉੱਤੇ ਪ੍ਰਾਰਥਨਾ ਕਰਦੀ ਪਈ ਸੀਗੀ, ਉਹਦੇ ਮੂੰਹ ਤੋਂ ਕੋਈ ਆਵਾਜ਼ ਤਾਂ ਆਉਂਦੀ ਨਹੀਂ ਸੀਗੀ। ਪ੍ਰਾਰਥਨਾ ਕਰਦੀ ਕਰਦੀ ਇੰਨੀ ਗਹਿਰਾਈ ਦੇ ਵਿੱਚ ਚਲੀ ਗਈ, ਔਰ ਇੱਕ ਪਾਸੇ ਦੇ ਉੱਤੇ ਏਰੀ ਜਾਲ ਇੱਕ ਬੈਠਾ ਹੋਇਆ ਸੀਗਾ, ਜਿਹਨੂੰ ਪਰਮੇਸ਼ਵਰ ਨੇ ਮਸਾ ਕੀਤਾ ਹੋਇਆ ਸੀਗਾ, ਜਿਹਨੂੰ ਪਰਮੇਸ਼ਵਰ ਨੇ ਚੁਣਿਆ ਹੋਇਆ ਸੀਗਾ, ਉਹ ਪਰਮੇਸ਼ਵਰ ਦੇ ਲੋਕਾਂ ਦੀ ਅਗਵਾਈ ਕਰਦਾ ਸੀ। ਔਰ ਬਾਈਬਲ ਦੱਸਦੀ ਆ ਪਹਿਲਾਂ ਤਾਂ ਇਹ ਨਹੀਂ ਲੱਗਾ ਕਿ ਇਹ ਕਰਦਾ ਕੀ ਆਈ ਆ, ਕੋਈ ਨਸ਼ਾ ਖਾ ਕੇ ਪ੍ਰਭੂ ਦੇ ਘਰ ਦੇ ਵਿੱਚ ਆ ਗਈ ਆ, ਇਸੇ ਕਰਕੇ ਕੀ ਹੁੰਦਾ ਪਿਆ, ਬੋਲ ਤਾਂ ਹਿਲਦੇ ਪਏ ਲੇਕਿਨ ਆਵਾਜ਼ ਕੋਈ ਨਹੀਂ ਆਉਂਦੀ, ਅੱਖਾਂ ਚੋਂ ਹੰਝੂ ਆਈ ਜਾਂਦੇ ਲੇਕਿਨ ਆਵਾਜ਼ ਕੋਈ ਨਹੀਂ ਆਉਂਦੀ। ਲੇਕਿਨ ਜਦੋਂ ਹੰਨਾ ਨੇ ਆਪਣੀ ਪ੍ਰਾਰਥਨਾ ਕਰ ਲਈ, ਏਲੀ ਨੂੰ ਤਾਂ ਪਤਾ ਨਹੀਂ ਸੀ ਉਹਨੇ ਕੀ ਪ੍ਰਾਰਥਨਾ ਕੀਤੀ, ਲੇਕਿਨ ਬਾਈਬਲ ਦੱਸਦੀ ਆ ਕਿ ਏਲੀ ਦੇ ਮੂੰਹ ਤੋਂ ਕੁਝ ਸ਼ਬਦ ਨਿਕਲੇ ਜਿਨ੍ਹਾਂ ਨੇ ਹੰਨਾ ਦੇ ਸਰੀਰ ਨੂੰ ਬਦਲ ਕੇ ਰੱਖ ਦਿੱਤਾ। ਏਲੀ ਦੇ ਮੂੰਹ ਤੋਂ ਬਿਰ ਜਾਣੇ ਉਹ ਬਰਕਤ ਨਿਕਲੀ ਜਿਹਨੇ ਹੰਨਾ ਦੇ ਜੀਵਨ ਦੀ ਉਦਾਸੀ ਨੂੰ ਖਤਮ ਕਰ ਦਿੱਤਾ। ਉਹ ਕਹਿੰਦਾ ਜਾ ਸਲਾਮਤੀ ਦੇ ਨਾਲ ਆਪਣੇ ਘਰ ਨੂੰ ਚਲੀ ਜਾ, ਅੱਜ ਤੋਂ ਬਾਅਦ ਤੇਰੇ ਮੂੰਹ ਤੇ ਕਦੇ ਉਦਾਸੀ ਨਾ ਹੋਵੇ, ਪਰਮੇਸ਼ਵਰ ਤੈਨੂੰ ਬਰਕਤ ਦੇਵੇ। ਬਾਈਬਲ ਦੱਸਦੀ ਆ ਕਿ ਜਦੋਂ ਏਲੀ ਨੇ ਬਰਕਤ ਦਾ ਕਲਮਾ ਬੋਲਿਆ, ਉਸ ਦਿਨ ਤੋਂ ਲੈ ਕੇ ਹੰਨਾ ਦੇ ਮੂੰਹ ਦੇ ਉੱਤੇ ਕਦੀ ਵੀ ਉਦਾਸੀ ਨਹੀਂ ਆਈ, ਉਸ ਦਿਨ ਤੋਂ ਲੈ ਕੇ ਹੰਨਾ ਦੇ ਮੂੰਹ ਦੇ ਉੱਤੇ ਕਦੀ ਸੋਗ ਨਹੀਂ ਆਇਆ, ਪਰਮੇਸ਼ਵਰ ਨੇ ਹੰਨਾ ਦੇ ਸੋਗ ਨੂੰ ਖੁਸ਼ੀ ਦੇ ਵਿੱਚ ਬਦਲ ਦਿੱਤਾ। ਪਰਮੇਸ਼ਵਰ ਦੇ ਦਾਸ ਦੇ ਮੂੰਹ ਤੋਂ ਕਹੀ ਹੋਈ ਗੱਲ, ਪਰਮੇਸ਼ਵਰ ਦੇ ਚੁਣੇ ਹੋਏ ਦੇ ਮੂੰਹ ਤੋਂ ਦਿੱਤੀ ਗਈ ਸਲਾਹ ਸਾਡੇ ਜੀਵਨ ਦੇ ਵਿੱਚ ਬਰਕਤ ਲੈ ਕੇ ਆਉਂਦੀ ਆ। ਕਈ ਜੋ ਅਸਧਾਰਨ ਦੀ ਗੱਲ ਕਰਦੇ ਆ, ਲੇਕਿਨ ਉਹ ਹਕੀਕਤ ਦੇ ਵਿੱਚ ਬਦਲ ਜਾਂਦੀ ਆ ਜਿਹਨਾਂ ਲੋਕਾਂ ਨੇ ਤਜਰਬਾ ਕੀਤਾ। ਏਲੀ ਨੂੰ ਨਹੀਂ ਪਤਾ ਸੀਗਾ ਕਿ ਉਹ ਬੱਚੇ ਦੇ ਲਈ ਪ੍ਰਾਰਥਨਾ ਕਰਦੀ ਆ, ਏਲੀ ਨੂੰ ਨਹੀਂ ਸੀ ਪਤਾ ਕਿ ਹੰਨਾ ਨੂੰ ਇੰਨੇ ਸਾਲ ਹੋ ਗਏ ਸੋਗ ਦੇ ਵਿੱਚ ਡੁੱਬੀ ਆ, ਲੇਕਿਨ ਉਹ ਕੀ ਕਹਿੰਦਾ ਕਿ ਅੱਜ ਤੋਂ ਬਾਅਦ ਤੇਰੇ ਮੂੰਹ ਤੇ ਕਦੀ ਵੀ ਉਦਾਸੀ ਨਾ ਆਵੇ, ਪਰਮੇਸ਼ਵਰ ਯਹੋਵਾ ਤੈਨੂੰ ਬਰਕਤ ਦੇਵੇ। ਤੇ ਬਾਈਬਲ ਦੱਸਦੀ ਆ ਕਿ ਹੰਨਾ ਜਦੋਂ ਆਪਣੇ ਘਰ ਦੇ ਵਿੱਚ ਗਈ, ਉਸ ਦਿਨ ਤੋਂ ਉਹਦੇ ਮੂੰਹ ਦੇ ਉੱਤੇ ਕਦੀ ਵੀ ਉਦਾਸੀ ਨਹੀਂ ਆਈ, ਕਿਉਂਕਿ ਉਹ ਪਰਮੇਸ਼ਵਰ ਦੇ ਦਾਸ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਸੀ। ਹਾਲੇਲੂਯਾ। ਲੇਕਿਨ ਕੁਛ ਲੋਕ ਇਹਨਾਂ ਦੇ ਹੋਏ